ਜੀ ਦੇ ਗੁਰਦੁਆਰਾ ਬੰਗਲਾ ਸਾਹਿਬ ਸ੍ਰੀ ਹਰਕ੍ਰਿਸ਼ਨ ਦੇ ਦਰ ਦੇ ਉੱਤੇ ਦੇਖੋ ਬਾ ਵਰਦੀ ਪੁਲਿਸ ਕਿਤਨਾ ਧੰਨਵਾਦ ਕਰਨ ਵਾਸਤੇ ਆਪਣੀਆਂ ਗੱਡੀਆਂ ਨਾਲ ਮੋਟਰਸਾਈਕਲਾਂ ਦੇ ਨਾਲ ਡੀਸੀਪੀ ਨਵੀਂ ਦਿੱਲੀ ਨੂੰ ਲੀਡ ਕਰ ਰਹੇ ਨੇ। ਇਹ ਗੁਰਦੁਆਰਾ ਬੰਗਲਾ ਸਾਹਿਬ ਨੂੰ ਕਿਤਨਾ ਸਲੂਟ ਪੈ ਰਹੇ ਨੇ, ਕਿਤਨਾ ਸੀਸ ਨਵਾਰੇ ਨੇ। ਆਹ ਦੇਖੋ ਬਾ ਵਰਦੀ ਪੁਲਿਸ ਆਪਣੀਆਂ ਗੱਡੀਆਂ 'ਚ ਮੋਟਰਸਾਈਕਲਾਂ 'ਤੇ, ਆਹ ਦੇਖੋ ਤੁਸੀਂ ਇਹ ਗੁਰਦੁਆਰਾ ਬੰਗਲਾ ਸਾਹਿਬ। ਦੇਖੋ ਗੁਰੂ ਦੀ ਕਿੱਡੀ ਕਿਰਪਾ ਹੋ ਰਹੀ ਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਅੱਜ ਦੇਖੋ ਜਦੋਂ ਸੰਗਤ ਨੇ ਸੇਵਾ ਸਮਰਪਿਤ ਹੋ ਕੇ ਕੀਤੀ ਤੇ ਕਿਸ ਤਰੀਕੇ ਅੱਜ ਸਾਰੀ ਦਿੱਲੀ ਪੁਲਿਸ ਬਾ ਵਰਦੀ, ਆਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਬੰਗਲਾ ਸਾਹਿਬ, ਆਹ ਦੇਖੋ ਕਿਆ ਗੁਰੂ ਦੇ ਸਿੱਖਾਂ ਦੀ ਚੜ੍ਹਾਈ ਆ। ਇਹ ਦੇਖੋ ਸਾਰੇ ਸਲੂਟ ਕਰਨ ਵਾਸਤੇ ਗੁਰਦੁਆਰਾ ਬੰਗਲਾ ਸਾਹਿਬ ਦੇਖੋ ਤੁਸੀਂ, ਆਹ ਦੇਖੋ ਗੁਰੂ ਘਰ 'ਚ ਕਿਵੇਂ ਸੇਵਾ ਨਹੀਂ ਪ੍ਰਵਾਨ ਹੋਊਗੀ। ਆਹ ਕਰੋ ਦਰਸ਼ਨ ਗੁਰਦੁਆਰਾ ਬੰਗਲਾ ਸਾਹਿਬ ਦੇ ਵੀ ਕਰੋ। ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਇਹ ਦੁੱਖਾਂ ਦਾ ਨਾਸ਼ ਕਰਨ ਵਾਸਤੇ ਜਿੱਥੇ ਗੁਰੂ ਸਾਹਿਬ ਆਪਣੇ ਤੇ ਮਿਹਰਬਾਨ ਹੋਏ ਨੇ, ਗੁਰੂ ਨੇ ਇਸ ਕੋਰੋਨਾ ਵਾਇਰਸ ਤੋਂ ਸਾਨੂੰ ਨਜਾਤ ਦਵਾਉਣੀ ਆ। ਇਹ ਹੁਣ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਅਸ਼ੋਕ ਰੋਡ ਤੇ ਪਹੁੰਚੇ ਹਾਂ ਔਰ ਕਿਸ ਤਰੀਕੇ ਦਿੱਲੀ ਪੁਲਿਸ, ਆਹ ਦੇਖੋ ਤੁਹਾਡੀਆਂ ਸੇਵਾਵਾਂ ਨੂੰ ਕਿਵੇਂ ਸਮਰਪਿਤ ਹੋ ਰਹੀ ਆ। ਦੇਖੋ ਕਿੱਡੀ ਬਖਸ਼ਿਸ਼ ਹੋ ਰਹੀ ਆ ਗੁਰੂ ਦੀ, ਬੇਅੰਤ 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 ਖੁਸ਼ੀਆਂ। ਇਹ ਮਾਲਕ ਦੀ ਜਦੋਂ ਰਹਿਮਤ ਹੁੰਦੀ ਆ ਨਾ, ਇਹ ਫਿਰ ਗੁਰੂ ਸੱਚੇ ਪਿਤਾ ਪਰਮੇਸ਼ਵਰ ਦੀ ਫਿਰ ਆਪਣੇ ਸਿੱਖਾਂ ਦੀ ਝੋਲੀ ਇਸ ਤਰ੍ਹਾਂ ਵਡਿਆਈ ਪਾਉਂਦਾ ਹੈ। ਅੱਜ ਪੂਰੀ ਦੁਨੀਆ ਦੇਖੂਗੀ ਤੁਹਾਨੂੰ, ਇਹ ਪੂਰਾ ਗੁਰਦੁਆਰਾ ਸਾਹਿਬ ਦੀਆਂ ਪਰਿਕਰਮਾ ਕਰ ਰਹੇ ਨੇ। ਦੇਖੋ ਦੇਖੋ ਕਿਤਨਾ ਪੁਲਿਸ, ਐਸਾ ਗੈਸਚਰ, ਪੂਰੀ ਦੁਨੀਆ ਅੱਜ ਤੁਹਾਨੂੰ ਦੇਖ ਰਹੀ ਆ। ਸਿੱਖੀ ਦੀ ਜੈ ਜੈਕਾਰ ਹੋ ਰਹੀ ਆ, ਸਿੱਖੀ ਦੀ ਸੇਵਾ ਦੀ ਦੁਨੀਆ 'ਚ ਚਰਚਾ ਹੋ ਰਹੀ ਆ। ਪੂਰੀ ਦੁਨੀਆ 'ਚ ਮੰਨਦੀ ਪਈ ਆ ਕਿ ਸਿੱਖ ਜਿਹੜਾ ਹੈ ਉਸ ਦੀ ਸੇਵਾ ਪ੍ਰਵਾਨ ਹੋ ਰਹੀ ਆ, ਸਿੱਖਾਂ ਦੀ ਸੇਵਾ ਨੂੰ ਰਿਕੋਗਨੀਸ਼ਨ ਮਿਲਦੀ ਪਈ ਆ, ਉਹਨੂੰ ਮਾਨਤਾ ਮਿਲ ਰਹੀ ਆ ਕਿ ਦੇਖੋ ਅਗਰ ਦੁਨੀਆ 'ਚ ਸੇਵਾ ਹੋ ਰਹੀ ਆ ਤਾਂ ਸਿੱਖ ਕਰ ਰਹੇ ਨੇ। ਆਹ ਦੇਖੋ ਜੀ, ਮੈਂ ਧੰਨਵਾਦ ਕਰਦਾ ਅੱਜ ਉਹਨਾਂ ਸਾਰੇ ਸਿੱਖਾਂ ਦਾ, ਮੈਂ ਧੰਨਵਾਦ ਕਰਦਾ ਮਾਨਵਤਾ ਦੇ ਸਾਰੇ ਉਹਨਾਂ ਜੀਆਂ ਦਾ, ਗੁਰੂ ਨਾਨਕ ਨਾਮ ਲੇਵਾ ਸੰਗਤ ਦਾ, ਜਿਨ੍ਹਾਂ ਨੇ ਇਸ ਮਹਾਨ ਸੇਵਾ 'ਚ ਆਪਣਾ ਯੋਗਦਾਨ ਪਾਇਆ। ਕਿੱਡੀ ਮਹਾਰਾਜ ਦੀ ਬਖਸ਼ਿਸ਼ ਆ, ਦੇਖੋ ਅੱਜ ਇਹ ਗੁਰੂ ਸਾਹਿਬ ਦੀ ਜਿਹੜੀ ਰਹਿਮਤ ਬਖਸ਼ਿਸ਼ ਹੋ ਰਹੀ ਆ, ਇਹ ਸਾਰੇ ਉਹਨਾਂ ਕਰੋਨਾ ਵਾਰੀਅਰਸ ਨੂੰ ਡੈਡੀਕੇਟਿਡ ਆ, ਜਿਹੜੇ ਤੁਹਾਡੇ ਵਰਗੇ ਕਈ ਲੋਕ ਸੜਕਾਂ 'ਤੇ ਉੱਤਰ ਕੇ ਮਾਨਵਤਾ ਦੀ ਸੇਵਾ ਕਰ ਰਹੇ ਨੇ। ਇਹ ਆਪਾਂ ਬੰਗਲਾ ਸਾਹਿਬ ਪਹੁੰਚ ਗਏ ਹਾਂ, ਇਹ ਗੁਰਦੁਆਰਾ ਬੰਗਲਾ ਸਾਹਿਬ ਦੇ ਮੇਨ ਗੇਟ ਤੋਂ, ਆਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਾਰੀਆਂ ਸਿੱਖ ਜਥੇਬੰਦੀਆਂ ਦੀ, ਅੱਜ ਇਹ ਸੇਵਾ ਪ੍ਰਮਾਣਿਤ ਹੋਈ ਆ।